जे तुसी तत्ता करोगे पानी दी गल फिर करोगे नहर जबरी करोगे ते जटाने फिर पैदा हो सकते नाटले फिर मुड़ बलविंदर जटाना आऊ जे ओ एसआई वाली जिहड़ी नहर सी ओहदे बारे ये ना करदे उन्हां दे जिहड़े जिहड़े कारीगर सी ये नहर बणनी होंदी सी ਉਹ ਆਪਣਾ ਗਲਤ ਕਾਨੂੰਨ ਲਾ ਕੇ ਵੀ ਕਾਨੂੰਨੀ ਉਹਨਾਂ ਨੂੰ ਬਣਾਉਣਾ ਚਾਹੁੰਦੇ ਨੇ ਅਤੇ ਜਿਹੜੇ ਗਲਤ ਕਾਨੂੰਨ ਨੂੰ ਰੋਕਣਾ ਚਾਹੁੰਦੇ ਉਹ ਅੱਤਵਾਦੀ ਵੱਖਵਾਦੀ ਹੋ ਗਏ ਸੁਮੇਲ ਸਿੰਘ ਸੈਣੀ 'ਤੇ ਅਟੈਕ ਹੁੰਦਾ ਹਾਂਜੀ ਉਸ ਤੋਂ ਬਾਅਦ ਜਟਾਣਾ ਫਰਾਰ ਹੁੰਦੇ ਨੇ ਉਸ ਤੋਂ ਬਾਅਦ ਉਹਨਾਂ ਦੇ ਪੂਰੇ ਪਰਿਵਾਰ ਦਾ ਕਤਲ ਹੁੰਦਾ ਜ਼ੁਲਮ ਢਾਇਆ ਜਾਂਦਾ ਕੁੱਲਾ ਵੱਲੋਂ ਜਦੋਂ ਇਹਦੇ 'ਤੇ ਹਮਲਾ ਹੋਇਆ ਹੈ ਇਹਦੇ ਵਿੱਚ ਜਿਹੜੇ ਬੰਦੇ ਫਸਾਏ ਗਏ ਦਵਿੰਦਰਪਾਲ ਸਿੰਘ ਭੁੱਲਰ ਦਾ ਕੋਈ ਰੋਲ ਨਹੀਂ ਸੀ ਬਲਵੰਤ ਸਿੰਘ ਮਲਾਨੀ ਦੇ ਮੁਲਤਾਨੀ ਦੇ ਵਿੱਚ ਦਾ ਕੋਈ ਰੋਲ ਨਹੀਂ ਸੀ ਦਵਿੰਦਰਪਾਲ ਸਿੰਘ ਭੁੱਲਰ ਦੇ ਸਾਰੇ ਉਹਦਾ ਚਾਚਾ ਵੀ ਮਾਰ ਦਿੱਤਾ ਗਿਆ ਉਹਦਾ ਪਿਤਾ ਵੀ ਮਾਰ ਦਿੱਤਾ ਗਿਆ ਹਾਂਜੀ ਉਹਦਾ ਘਰ ਬਰਬਾਦ ਕਰ ਦਿੱਤਾ ਗਿਆ ਅਤੇ ਮੋਹਾਲੀ ਉਹਨਾਂ ਦੇ ਕੁਝ ਰਿਸ਼ਤੇਦਾਰ ਸਨ ਉਹਨਾਂ ਨੂੰ ਵੀ ਫੜ ਕੇ ਜਿਹੜਾ ਲਾਪਸ ਕਰ ਦਿੱਤਾ ਇੱਕ ਮਾਰ ਦਿੱਤਾ ਗਿਆ ਪੂਰਾ ਸਰਕਾਰੀ ਬੰਦਾ ਸੀ ਉਹਨੇ ਜੋ ਕੀਤਾ ਸੀ ਉਹਨੂੰ ਸਰਕਾਰ ਦੀ ਅਤੇ ਸੈਣੀ ਦੀ ਜਿਹੜੀ ਹੈਗੀ ਕਮਹਿਰ ਸੀ ਇਸ ਕਰਕੇ ਉਹਦੇ 'ਚੋਂ ਕੁਛ ਨਹੀਂ ਸੀ ਨਿਕਲਿਆ ਸੁਮੇਧ ਸਿੰਘ ਸੈਣੀ ਹੁਣ ਜਿਹੜੇ ਕੇਸ 'ਚ ਫਸਦਾ ਹੈ ਉਹਨੂੰ ਕਿੰਨਾ ਕੁ ਚਿਰ ਹਾਈ ਕੋਰਟ ਪਹੁੰਚਾ ਦੇ ਜਦੋਂ ਇਹ ਸਾਰਾ ਕੁਛ ਹੋ ਰਿਹਾ ਸੀਗਾ ਉਦੋਂ ਤੁਸੀਂ ਗਏ ਉਹਨਾਂ ਦੇ ਪਿੰਡ ਕੋਈ ਬੋਲਣ ਨੂੰ ਤਿਆਰ ਨਹੀਂ ਸੀਗਾ ਪਰਿਵਾਰ 'ਚੋਂ ਕੋਈ ਤਿਆਰ ਨਹੀਂ ਸੀ ਕੇਸ ਨੂੰ ਕਾਨੂੰਨ ਤੋਂ ਲਗਭਗ ਜਿਹੜਾ ਹੈ ਇਤਕਾਰ ਹੀ ਉੱਠ ਮਿਲਿਆ ਸੁਮੇਧ ਸਿੰਘ ਸੈਣੀ ਆਪਣੇ ਆਪ ਨੂੰ ਜਿਹੜਾ ਹੈ ਬੜਾ ਚੰਗਾ ਅਫਸਰ ਜਾਂ ਬੜਾ ਸੋਹਣਾ ਫੰਕਸ਼ਨ ਕਹਿੰਦਾ ਹੈ ਜੇ ਉਹ ਇੰਨਾ ਚੰਗਾ ਸੀ ਤਾਂ ਉਹਨੇ ਆਪਣੇ ਪਰਿਵਾਰ ਦੇ ਵੀ ਬੰਦੇ ਮਾਰ ਦਿੱਤੇ ਲੁਧਿਆਣੇ ਆਪਣਾ ਜੀਜਾ ਮਾਰ ਦਿੱਤਾ ਇੱਕ ਉਹਦਾ ਡਰਾਈਵਰ ਮਾਰ ਦਿੱਤਾ ਇੱਕ ਉਹ ਮੁਲਾਜ਼ਮ ਮਾਰ ਦਿੱਤਾ ਜਿਹਦਾ ਕਿ ਅੱਜ ਤੱਕ ਡੇਲੀ ਕੇਸ ਚੱਲ ਰਿਹਾ ਇੱਥੇ ਮੋਹਾਲੀ ਦਾ ਇੱਕ ਮੁੰਡਾ ਸੀ ਬਹੁਤ ਨੌਜਵਾਨ ਮੁੰਡਾ ਸੀ ਛੇ ਫੁੱਟ ਤੋਂ ਬੰਦਾ ਬੜਾ ਤਕੜਾ ਆਦਮੀ ਉਹਨੂੰ ਇਹਨਾਂ ਨੇ ਫੜ ਕੇ ਟੋਰਚਰ ਕੀਤਾ ਉੱਥੇ ਕਿਹਾ ਸੀ ਉਹਨੂੰ ਗਾਲ ਕਰ ਦਿੱਤੀ ਇਹਨੇ ਸੈਣੀ ਨੇ ਉਹਨੇ ਇਹਦੇ ਥੱਪੜ ਮਾਰਿਆ ਹੈ ਫਿਰ ਇਹਨਾਂ ਨੇ ਉਹਦੀਆਂ ਬਾਹਾਂ ਵੱਢੀਆਂ ਲੱਤਾਂ ਤੋੜੀਆਂ ਮਾਰ ਦਿੱਤਾ ਟੋਰਚਰ ਕਰਕੇ ਅਤੇ ਉਹਦੀ ਲਾਸ਼ ਜਿਹੜੀ ਸੀ ਉਹ ਸੁੱਟ ਆਏ ਪੰਜਾਬ ਦੀ ਹੱਦ ਦੇ ਵਿੱਚ ਸਰ ਤੁਸੀਂ ਦੱਸ ਰਹੇ ਸੀਗੇ ਕਿ ਕੋਈ ਜਦੋਂ ਬੜੈਲ ਜੇਲ੍ਹ ਦੇ ਕੋਲ ਬੜੈਲ ਇਲਾਕੇ 'ਚ ਕੁਛ ਹੋਇਆ ਮੁੰਡੇ ਆਏ ਉਦੋਂ ਦੋ ਨੌਜਵਾਨ ਸਿੱਖ ਬੱਚੇ ਆਏ ਨੇ ਉਹਨਾਂ ਨੇ ਉੱਥੇ ਇੱਕ ਦਰਜੀ ਨੂੰ ਆਪਣੇ ਕੱਪੜੇ ਸਿਉਣ ਲਈ ਦਿੱਤੇ ਨੇ ਜਦੋਂ ਉਹ ਬੱਚੇ ਬਾਹਰ ਨਿਕਲੇ ਨੇ ਇੱਕ ਨੂੰ ਤਾਂ ਇਸ ਦੁਕਾਨ 'ਚੋਂ ਨਿਕਲਦਿਆਂ ਹੀ ਜਿਹੜੀਆਂ ਗੋਲੀਆਂ ਮਾਰੀਆਂ ਮਾਰ ਦਿੱਤਾ ਗਿਆ ਦੂਜਾ ਦੌੜ ਕੇ ਕਿਤੇ ਬਚਣ ਦੀ ਕੋਸ਼ਿਸ਼ ਕੀਤੀ ਪ੍ਰੋ ਪੰਜਾਬ ਟੀਵੀ 'ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਯਾਦਵਿੰਦਰ ਸਿੰਘ ਕਲਾ ਦੇ ਜ਼ਰੀਏ ਰਾਜਨੀਤੀ 'ਤੇ ਚਰਚਾ ਹੁੰਦੀ ਹੈ ਅਤੇ ਰਾਜਨੀਤੀ ਦੇ ਜ਼ਰੀਏ ਬਹੁਤ ਸਾਰੇ ਮਸਲਿਆਂ 'ਤੇ ਚਰਚਾ ਹੁੰਦੀ ਹੈ ਸਿੱਧੂ ਮੂਸੇਵਾਲਾ ਦਾ ਗੀਤ ਆਇਆ ਬਲਵਿੰਦਰ ਜਟਾਣਾ ਦਾ ਜ਼ਿਕਰ ਹੋਇਆ ਚਰਚਾ ਹੋ ਰਹੀ ਹੈ ਬਹੁਤ ਸਾਰੀ ਬਲਵਿੰਦਰ ਜਟਾਣਾ ਦਾ ਇਨਕਾਊਂਟਰ ਹੋਇਆ ਉਹਨਾਂ ਦੇ ਪਰਿਵਾਰ ਨੂੰ ਪੂਲੇ ਨੇ ਬਹੁਤ ਵੱਡਾ ਜ਼ੁਲਮ ਕਰਕੇ ਮੁਕਾ ਦਿੱਤਾ ਸੀ ਪਰ ਬਾਅਦ 'ਚੋਂ ਕੀ ਹੋਇਆ ਇਹ ਕਹਾਣੀ ਸ਼ਾਇਦ ਕਿਸੇ ਨੂੰ ਨਹੀਂ ਪਤਾ ਇਹ ਕਹਾਣੀ ਪਤਾ ਹੈ ਐਡਵੋਕੇਟ ਅਮਰ ਸਿੰਘ ਚਾਹਲ ਨੂੰ ਮਨੁੱਖੀ ਅਧਿਕਾਰਾਂ ਦੇ ਵਕੀਲ ਰਹੇ ਨੇ ਬਹੁਤ ਸਾਰੇ ਕੇਸ ਲੜਦੇ ਰਹੇ ਨੇ ਸਿੱਖ ਮਸਲਿਆਂ 'ਤੇ ਸਾਡੇ ਨਾਲ ਸਵਾਗਤ ਹੈ ਸਰ ਬਹੁਤ ਬਹੁਤ ਮਿਹਰਬਾਨੀ ਜੀ ਤੁਹਾਡੀ ਅਤੇ ਤੁਹਾਡੇ ਪ੍ਰੋ ਟੀਵੀ ਦੇ ਸਰੋਤਿਆਂ ਦੀ ਜੀ ਚੱਲ ਸਾਹਿਬ ਸਭ ਨੂੰ ਪਤਾ ਹੈ ਪਹਿਲਾਂ ਐਕਸ਼ਨ ਹੁੰਦਾ ਸੁਮੇਧ ਸਿੰਘ ਸੈਣੀ 'ਤੇ ਅਟੈਕ ਹੁੰਦਾ ਹਾਂਜੀ ਉਸ ਤੋਂ ਬਾਅਦ ਜਟਾਣਾ ਫਰਾਰ ਹੁੰਦੇ ਨੇ ਉਸ ਤੋਂ ਬਾਅਦ ਉਹਨਾਂ ਦੇ ਪੂਰੇ ਪਰਿਵਾਰ ਦਾ ਕਤਲ ਹੁੰਦਾ ਜ਼ੁਲਮ ਢਾਇਆ ਜਾਂਦਾ ਪੂਲਾ ਵੱਲੋਂ ਜੀ ਉਸ ਤੋਂ ਬਾਅਦ ਕਹਾਣੀ ਮੁੱਕ ਜਾਂਦੀ ਹੈਗੀ ਉਹ ਤੋਂ ਬਾਅਦ ਇੱਕ ਨਵੀਂ ਕਹਾਣੀ ਸ਼ੁਰੂ ਹੁੰਦੀ ਹੈ ਤੁਸੀਂ ਮਨੁੱਖੀ ਅਧਿਕਾਰਾਂ ਦੇ ਵਕੀਲ ਸੀ ਪਰਿਵਾਰ ਕੋਲ ਜਾਂਦੇ ਸੀ ਉਹ ਦੌਰ 'ਚ ਕੀ ਹੋ ਰਿਹਾ ਸੀ ਤੁਹਾਨੂੰ ਕੀ ਕੀ ਕਹਾਣੀਆਂ ਪਤਾ ਨਹੀਂ ਜਦੋਂ ਇਹ ਸਾਰੀਆਂ ਘਟਨਾਵਾਂ ਵਾਪਰ ਰਹੀਆਂ ਸੀ ਜੀ ਇਹਦੇ 'ਚ ਵੀਰ ਜੀ ਜਦੋਂ ਸੈਣੀ ਸੁਮੇਧ ਸਿੰਘ ਸੈਣੀ 'ਤੇ ਅਟੈਕ ਹੋਇਆ ਹਮਲਾ ਹੋਇਆ ਬਲਾਸਟਿੰਗ ਹੋਈ ਪੰਜਾਬ ਚੰਡੀਗੜ੍ਹ ਦੇ ਵਿੱਚ ਅਤੇ ਉਹਦਾ ਇੱਕ ASI ਮਾਰਿਆ ਗਿਆ ਕੁਝ ਨੂੰ ਚੋਟਾਂ ਲੱਗੀਆਂ ਸੁਮੇਧ ਸਿੰਘ ਸੈਣੀ ਬਚ ਗਿਆ ਸੁਮੇਧ ਸਿੰਘ ਸੈਣੀ ਦੀ ਇਹ ਧਾਰਨਾ ਸੀ ਇਹ ਸੋਚ ਸੀ ਕਿ ਇਹਦਾ ਜਿਹੜਾ ਹੈ
ਹਮਲਾ ਕਰਵਾਇਆ ਮੇਰੇ 'ਤੇ, ਬਲਾਸਟਿੰਗ ਕੀਤੀ ਹੈ ਬਲਵਿੰਦਰ ਸਿੰਘ ਜਟਾਣਾ ਪਲੱਸ ਜਿਹੜੇ ਹੈਗੇ ਮੁਲਤਾਨੀ ਪਰਿਵਾਰ ਦੇ ਵਿੱਚ ਸੀ, ਉਹਨਾਂ ਨੇ ਕਰਵਾਇਆ ਹੈ। ਇਸੇ ਕਰਕੇ ਉਹਨਾਂ ਨੇ ਜਿਹੜਾ ਹੈ ਇਹਦੇ ਪਿੱਛੇ ਜਿਹੜਾ ਇਲਾਕੇ ਕਿ ਜਦੋਂ ਕੇਸ ਰਜਿਸਟਰ ਹੋਇਆ ਇਹਦੇ ਬਾਰੇ, ਉਸ ਕੇਸ ਦੇ ਵਿੱਚ ਮੈਂ ਸ਼ਾਮਿਲ ਰਿਹਾ ਵਕੀਲ ਦੇ ਤੌਰ 'ਤੇ। ਬਲਵਿੰਦਰ ਸਿੰਘ ਜਟਾਣਾ ਜੀ ਤਾਂ ਫੜੇ ਨਹੀਂ ਗਏ ਸੀ ਅਤੇ ਉਹਨਾਂ ਦਾ ਇਨਕਾਊਂਟਰ ਫਾਲਸ ਕਰਕੇ ਉਹਨਾਂ ਨੂੰ ਜਿਹੜਾ ਸੀ ਕਰ ਦਿੱਤਾ ਗਿਆ ਸੀ। ਉਸ ਦੇ ਵਿੱਚ ਦਵਿੰਦਰਪਾਲ ਸਿੰਘ ਭੁੱਲਰ ਨੂੰ ਨੋਮੀਨੇਟ ਕੀਤਾ ਗਿਆ ਸੀ ਮੁਲਜ਼ਮ, ਇੱਕ ਸਾਡੇ ਬੀਬੀ ਗੁਰਸ਼ਰਨ ਕੌਰ ਐਡਵੋਕੇਟ ਹੈ ਮਾਨ ਉਹਨਾਂ ਨੂੰ ਕੀਤਾ ਗਿਆ, ਇੱਕ ਉਹਨਾਂ ਦੇ ਪਤੀ ਨੂੰ ਵੀ ਉਹਦੇ 'ਚ ਪੇਸ਼ ਕੇ ਮੁਲਜ਼ਮ ਬਣਾਇਆ ਗਿਆ ਸੀ। ਉਹਨਾਂ ਦਾ ਕੇਸ ਬਹੁਤ ਚਿਰ ਚੱਲਦਾ ਰਿਹਾ। ਇਸ ਕੇਸ ਦੇ ਵਿੱਚ ਕੋਸ਼ਿਸ਼ ਕੀਤੀ ਗਈ ਜਟਾਣਾ ਸਾਹਿਬ ਦੀ ਪੇਸ਼ ਕਰਵਾਉਣ ਦੀ ਕਿ ਉਹ ਕਿੱਥੇ ਆ, ਲੇਕਿਨ ਉਹਨਾਂ ਨੇ ਇਹ ਰਿਪੋਰਟ ਕਰ ਦਿੱਤੀ ਵੀ ਉਹ ਦੌੜ ਗਿਆ, ਉਹ ਅਵੇਲੇਬਲ ਨਹੀਂ ਹੈਗਾ। ਇਸ ਕਰਕੇ ਟ੍ਰਾਇਲ ਜਿਹੜਾ ਸੀ ਉਹ ਹੋਇਆ ਸੀ ਦਵਿੰਦਰਪਾਲ ਸਿੰਘ ਭੁੱਲਰ ਦਾ, ਗੁਰਸ਼ਰਨ ਕੌਰ ਮਹਨ ਦਾ, ਉਹ ਬਰੀ ਹੋ ਗਏ ਸੀ ਦੋਨੋਂ। ਇਹ ਕੇਸਾਂ ਦੀ ਪੂਰਤੀ ਇਸ ਤਰ੍ਹਾਂ ਹੁੰਦੀ ਸੀ ਜੀ ਵੀ ਦਵਿੰਦਰਪਾਲ ਸਿੰਘ ਭੁੱਲਰ ਉਸ ਵੇਲੇ ਦਿੱਲੀ ਇੱਕ ਕੇਸ ਦੇ ਵਿੱਚ ਚੱਲ ਰਿਹਾ ਸੀ ਜਿਹੜਾ ਬੇਟੇ 'ਤੇ ਅਟੈਕ ਹੋਇਆ ਸੀ ਕਹਿੰਦੇ, ਉਹਦੇ ਕਰਕੇ ਦਿੱਲੀ ਸਰਕਾਰ ਵਾਲੀ ਜਿਹੜੀ ਸੀ ਉਹਨੂੰ ਇੱਥੇ ਭੇਜਣੀ ਸੀ। ਉਹ ਕੇਸ ਕਈ ਸਾਲ ਇਸੇ ਕਰਕੇ ਲਮਕਦਾ ਰਿਹਾ ਕਿ ਉਹਨੂੰ ਪੇਸ਼ ਸੀ ਕਰਦੇ। ਅਸੀਂ ਹਰ ਪੇਸ਼ੀ 'ਤੇ ਕੋਸ਼ਿਸ਼ ਕਰਦੇ ਸੀ ਅਦਾਲਤ ਨੂੰ ਕਹਿਣ ਲਈ ਕਿ ਉਹਨੂੰ ਲਿਆਉਣਾ ਸਰਕਾਰ ਦੀ ਡਿਊਟੀ ਹੈ ਅਤੇ ਜੇ ਉਹਨੂੰ ਨਹੀਂ ਲਿਆਉਂਦੇ ਤਾਂ ਕੇਸ ਨਹੀਂ ਚੱਲ ਸਕਦਾ, ਇਸ ਕਰਕੇ ਉਹਦੀ ਜਿਹੜੀ ਪ੍ਰੋਡਕਸ਼ਨ ਹੈ ਉਹਦੀ ਜਿਹੜੀ ਹਾਜ਼ਰੀ ਆ ਇੱਥੇ ਬਣਾਈ ਜਾਵੇ। ਫਿਰ ਦਿੱਲੀ ਵਾਲਾ ਕੇਸ ਜਦੋਂ ਫੈਸਲਾ ਹੋ ਗਿਆ ਫਿਰ ਉਹਨੂੰ ਇੱਥੇ ਲਿਆਉਣਾ ਸ਼ੁਰੂ ਕਰ ਦਿੱਤਾ। ਉਸ ਕੇਸ ਦੇ ਵਿੱਚ ਕੋਈ ਗਵਾਹ ਨਹੀਂ ਸੀ ਪੁੱਛਿਆ, ਸਿਰਫ ਤਾਂ ਸਿਰਫ ਇੱਕ ਕਾਗਜ਼ੀ ਕਾਰਵਾਈ ਸੀ ਜਿਹੜੀ ਕਿ ਸਾਨੂੰ 5-6 ਸਾਲ ਲੜਨੀ ਪਈ, ਜਿਹੜਾ ਦਵਿੰਦਰਪਾਲ ਸਿੰਘ ਭੁੱਲਰ ਨੂੰ ਵੀ ਪਰੇਸ਼ਾਨੀ ਹੁੰਦੀ ਰਹੀ, ਜਿਹੜੀ ਬੀਬੀ ਗੁਰਸ਼ਰਨ ਕੌਰ ਮਾਨ ਸੀ ਐਡਵੋਕੇਟ ਹੈ ਅੱਜ ਕੱਲ੍ਹ ਵੀ ਉਹ ਇੱਥੇ ਹੀ ਨੇ, ਉਹਨਾਂ ਨੂੰ ਵੀ ਬੜੀ ਪਰੇਸ਼ਾਨੀ ਹੁੰਦੀ ਰਹੀ, ਅਲਟੀਮੇਟਲੀ ਉਹ ਜਿਹੜੇ ਬਰੀ ਹੋ ਗਏ ਸੀ। ਇਹਦੇ 'ਚ ਜਟਾਣਾ ਸਾਹਿਬ ਦਾ ਜਦੋਂ ਇਹ ਸ਼ੱਕ ਹੋ ਗਿਆ ਸੈਣੀ ਨੂੰ ਕਿ ਉਹਨਾਂ ਇਹ ਅਟੈਕ ਕਰਵਾਇਆ, ਅਤੇ ਫਿਰ ਉਹਨਾਂ ਨੇ ਉਹਨਾਂ ਦਾ ਜਿਹੜਾ ਹੈ ਪਰਿਵਾਰ 'ਤੇ ਵੀ ਹਮਲਾ ਕਰਵਾ ਦਿੱਤਾ। ਹਮਲਾ ਕਰਵਾ ਕੇ ਜਿਹੜਾ ਅਜੀਤ ਸਿੰਘ ਪੂਲਾ ਸੀ ਉਹਦੇ ਕੋਲੋਂ ਜਾ ਕੇ ਉਹਨਾਂ ਦੇ ਘਰ 'ਤੇ ਜਿਹੜਾ ਹੈ ਰਾਤ ਨੂੰ ਅੱਧੀ ਰਾਤ ਨੂੰ ਜਾ ਕੇ ਉਹਨਾਂ ਦਾ ਘਰ ਦੇ ਦਰਵਾਜ਼ੇ ਤੋੜ ਕੇ ਅਤੇ ਉਹਨਾਂ ਦੇ ਪਰਿਵਾਰ ਦੇ ਮੈਂਬਰ ਜਿਹੜੇ ਸੀ ਬੱਚੇ ਵੀ ਜਿਹੜੇ ਸੀ ਉਹਨਾਂ ਨੂੰ ਸਾੜ ਦਿੱਤਾ ਗਿਆ। ਉਸ ਕੇਸ ਦੇ ਵਿੱਚੋਂ ਕੁਛ ਨਹੀਂ ਸੀ ਨਿਕਲਿਆ ਕਿਉਂਕਿ ਸਰਕਾਰੀ ਪੂਲਾ ਸਰਕਾਰੀ ਬੰਦਾ ਸੀ, ਉਹਨੇ ਜੋ ਕੀਤਾ ਸੀ ਉਹਨੂੰ ਸਰਕਾਰ ਦੀ ਅਤੇ ਸੈਣੀ ਦੀ ਜਿਹੜੀ ਹੈਗੀ ਹਮੈਰ ਸੀ, ਇਸ ਕਰਕੇ ਉਹਦੇ 'ਚੋਂ ਕੁਛ ਨਹੀਂ ਸੀ ਨਿਕਲਿਆ। ਉਸ ਦੇ ਪਿੱਛੋਂ ਵੀ ਅਸੀਂ ਜਟਾਣਾ ਸਾਹਿਬ ਦੇ ਪਿੰਡ ਗਏ ਸੀ ਅਤੇ ਉੱਥੇ ਕੋਸ਼ਿਸ਼ ਕੀਤੀ ਉੱਥੋਂ ਦੇ ਕੁਛ ਪਰਿਵਾਰਾਂ ਨੂੰ ਇਕੱਠੇ ਕਰਕੇ ਵੀ ਆਪਾਂ ਹੁਣੇ ਕੁਛ ਕਰੀਏ ਉਹਨਾਂ ਦਾ ਵਿੱਚ, ਲੇਕਿਨ ਉੱਥੋਂ ਸਾਨੂੰ ਕੋਈ ਸਹਿਯੋਗ ਨਹੀਂ ਸੀ ਮਿਲਿਆ। ਇਹ ਗੱਲ ਬੜੀ ਜਿਹੜੀ ਹੈ ਦਿਨ ਚਿੱਟੇ ਵਰਗੀ ਸੱਚੀ ਹੈ ਵੀ ਜੇ ਜਟਾਣਾ ਸਾਹਿਬ ਜਾਂ ਉਹਨਾਂ ਦੇ ਨਾਲ ਦੇ ਸੱਜਣ ਸਨ ਜੀ ਗਰੁੱਪ ਦੇ, ਜੇ ਉਹ SIYL ਜਿਹੜੀ ਨਹਿਰ ਸੀ ਉਹਦੇ ਬਾਰੇ ਇਹ ਨਾ ਕਰਦੇ, ਉਹਨਾਂ ਦੇ ਇੰਜੀਨੀਅਰਿੰਗ ਜਿਹੜੇ ਫੜੇ ਗਏ ਸੀ ਅਤੇ ਨਹਿਰ ਬਣਨੀ ਬਣਨੀ ਸੀ। ਉਸ ਤੋਂ ਬਾਅਦ ਫਿਰ ਕਿਸੇ ਵੀ ਇੰਜੀਨੀਅਰਿੰਗ ਡਿਪਾਰਟਮੈਂਟ ਦੇ ਮਹਿਕਮੇ ਦੇ ਆਦਮੀ ਨੇ ਕਦੀ ਇਹ ਗੱਲ ਨਹੀਂ ਕੀ ਕਰਨ ਦੀ ਕੋਸ਼ਿਸ਼ ਕੀਤੀ। ਜਦੋਂ ਸਰਕਾਰ ਇਹਨੂੰ ਚੁੱਕਣਾ ਚਾਹੁੰਦੇ, ਕੋਈ ਵੀ ਇਹ ਨਹੀਂ ਚਾਹੁੰਦਾ ਵੀ ਮੈਂ ਉੱਥੇ ਮੇਰੀ ਉੱਥੇ ਨਿਯੁਕਤੀ ਹੋਵੇ, ਮੈਂ ਜਿਹੜਾ ਨਹਿਰ ਦਾ ਜਿਹੜਾ ਪ੍ਰਬੰਧ ਕਰ ਦੇਣਾ ਬਣਾਉਣ ਦਾ, ਉਹਦਾ ਕਾਰਨ ਇੱਕੋ ਸੀ, ਉਹਨਾਂ ਦੇ ਮਨ 'ਤੇ ਡਹਿਲ ਸੀ ਕਿ ਅੱਗੇ ਮਾਰੇ ਗਏ ਨੇ। ਇਹ ਬਹੁਤ ਹੀ ਸੈਂਸਿਟਿਵ ਇਸ਼ੂ ਹੈ, ਪੰਜਾਬ ਦੇ ਪਾਣੀਆਂ ਦਾ ਸਵਾਲ ਹੈ, ਪਾਣੀਆਂ ਦਾ ਸਵਾਲ ਕਰਕੇ ਜੇ ਅਸੀਂ ਆਪਣੇ ਆਪ ਨੂੰ ਨਹੀਂ ਮਰਵਾਉਣਾ ਚਾਹੁੰਦੇ ਤਾਂ ਇਸ ਕਰਕੇ ਅਸੀਂ ਇਸ ਗੱਲ ਦੀ ਇਹ ਗੱਲ ਨਹੀਂ ਮੰਨਾਂਗੇ, ਤੁਸੀਂ ਹੋਰ ਕੋਈ ਏਜੰਸੀ ਨੂੰ ਦੇ ਦਿਓ। ਕੋਸ਼ਿਸ਼ ਕੀਤੀ ਗਈ ਵੀ ਸੈਂਟਰਲ ਏਜੰਸੀ ਵੀ ਕਿਸੇ ਨੂੰ ਕੀਤਾ ਜਾਵੇ ਵੀ ਤੁਸੀਂ ਇਹ ਨਹਿਰ ਬਣਾ ਦਿਓ, ਉਹਨਾਂ ਨੇ ਵੀ ਨਾ ਕਰ ਦਿੱਤੀ। ਨਟਸ਼ਲ ਜਿਸ ਤਰ੍ਹਾਂ ਹੁਣ ਆਪਾਂ ਹੁਣੇ ਤੁਸੀਂ ਆਪਾਂ 1-2 ਦਿਨਾਂ ਦੇ ਵੇਖ ਰਹੇ ਹਾਂ ਵੀ ਇਹਦੇ ਬਾਰੇ, ਇਸ ਨਹਿਰ ਦੇ ਬਾਰੇ ਸਿੱਧੂ ਮੂਸੇਵਾਲ ਸਿੱਧੂ ਸਾਹਿਬ ਨੇ ਵੀ ਇੱਕ ਗਾਣਾ ਗਾਉਣਾ ਸੀ ਜਿਹੜਾ ਕਿ ਉਹ ਉਹਨਾਂ ਤੋਂ ਪਹਿਲੇ ਹੀ ਉਹਨਾਂ ਦੀ ਮੌਤ ਪਹਿਲੇ ਗਾਣਾ ਗਾ ਕੇ ਸੀ, ਰਿਲੀਜ਼ ਹੋਣਾ ਸੀ, ਰਿਲੀਜ਼ ਹੋਣਾ ਸੀ, ਰਿਲੀਜ਼ ਹੋ ਰਿਹਾ ਅੱਜ ਹੋ ਰਿਹਾ ਹੈ ਨਾ, ਉਹਨਾਂ ਦੀ ਆਪਣੀ ਮਤਲਬ ਜ਼ਿੰਦਗੀ ਦੇ ਵੇਲੇ ਨਹੀਂ ਹੋਇਆ। ਉਹਨਾਂ ਨੇ ਵੀ ਇਹੋ ਗੱਲ ਜਿਹੜੀ ਹੈ ਜਟਾਣਾ ਦੀ ਰੈਫਰੈਂਸ ਦਿੱਤੀ ਹੈ ਵੀ ਜੇ ਤੁਸੀਂ ਧੱਕਾ ਕਰੋਗੇ, ਪਾਣੀ ਦੀ ਗੱਲ ਫਿਰ ਕਰੋਗੇ, ਨਹਿਰ ਜਬਰੀ ਕਰੋਗੇ ਤਾਂ ਜਟਾਣੇ ਫਿਰ ਪੈਦਾ ਹੋ ਸਕਦੇ ਨੇ। ਅਤੇ ਗੱਲ ਵੀ ਠੀਕ ਆ ਵੀ ਜਦੋਂ ਇੱਕ ਕਾਨੂੰਨੀ ਤੌਰ 'ਤੇ ਉਹਨਾਂ ਦਾ ਹੱਕ ਨਹੀਂ ਬਣਦਾ ਕਿਸੇ ਦਾ ਨਹਿਰ ਦਾ ਪਾਣੀ ਲੈਣ ਦਾ, ਕਿਉਂ ਇਸ ਤਰ੍ਹਾਂ ਦੀ ਸਰਕਾਰ ਗੈਰ ਕਾਨੂੰਨੀ ਕਿਉਂ ਗੱਲਾਂ ਕਰਦੀ? ਇਹ ਗੱਲਾਂ ਜਿਹੜੀਆਂ ਜੇ ਗੈਰ ਕਾਨੂੰਨੀ ਨਾ ਹੋਣ, ਪੰਜਾਬ ਦੀ ਜਿਹੜੀ ਹੈ ਅਮਨ ਨਾ ਭੰਗ ਹੋਵੇ, ਨਾ ਇਸ ਤਰ੍ਹਾਂ ਦੀ ਘੱਤੋ ਘੱਤ ਹੋਵੇ, ਉਹ ਆਪਣਾ ਗਲਤ ਕਾਨੂੰਨ ਲਾ ਕੇ ਵੀ ਕਾਨੂੰਨੀ ਉਹਨਾਂ ਨੂੰ ਬਣਾਉਣਾ ਚਾਹੁੰਦੇ ਨੇ
ਤੇ ਜਿਹੜੇ ਗਲਤ ਕਾਨੂੰਨ ਨੂੰ ਰੋਕਣਾ ਚਾਹੁੰਦੇ ਉਹ ਅੱਤਵਾਦੀ ਵੱਖਵਾਦੀ ਹੋ ਗਏ, ਉਹਨਾਂ ਦੇ ਖਿਲਾਫ਼ ਕੇਸ ਬਣਾਏ ਜਾਂਦੇ, ਉਹਨਾਂ ਦੇ ਖਿਲਾਫ਼ ਝੂਠੇ ਇਨਕਾਊਂਟਰ ਕਰਕੇ ਮਾਰੇ ਜਾਂਦੇ, ਉਹਨਾਂ ਦੇ ਪਰਿਵਾਰਾਂ ਦੇ ਪਰਿਵਾਰ ਹੀ ਬਰਬਾਦ ਕਰਦੇ। ਇਹ ਕਿਹੜੇ ਕਾਨੂੰਨ ਦੀ ਗੱਲ ਕਰਦੇ ਨੇ? ਕਾਨੂੰਨ ਤਾਂ ਉਹ ਹੁੰਦਾ ਨੇ ਜਿਹੜਾ ਸਾਰਿਆਂ ਨੂੰ ਬਰਾਬਰਤਾ ਦਾ ਹੱਕ ਦੇਵੇ। ਜਿਸ ਤਰ੍ਹਾਂ ਹੁਣ ਇਹਨਾਂ ਨੇ ਜਿਹੜੀਆਂ ਹੈ ਇੱਥੋਂ ਨਹਿਰਾਂ ਕੱਢੀਆਂ ਨੇ, ਰਾਜਸਥਾਨ ਨੂੰ ਪਾਣੀ ਜਾਂਦਾ ਹੈ, ਉਹਨਾਂ ਦੀਆਂ ਨਹਿਰਾਂ ਤਾਂ ਕੱਢ ਦਿੱਤੀਆਂ ਨੇ। ਜਦੋਂ ਨਹਿਰਾਂ ਦੇ ਕੱਢਣ ਤੋਂ ਬਾਅਦ ਰੋਇਲਟੀ ਦੀ ਗੱਲ ਆਈ ਵੀ ਇਹਨਾਂ ਨੂੰ ਪਾਣੀ ਦੇ ਮੁੱਲ ਦੇਣਾ ਚਾਹੀਦਾ ਪੰਜਾਬ ਨੂੰ, ਕਿਹਾ ਉਹ ਕਹਿੰਦੇ ਜੀ ਉਹ ਮੀਟਿੰਗ ਫੇਰ। ਸਰ ਤੁਸੀਂ ਦੱਸ ਰਹੇ ਸੀਗੇ ਕਿ ਕੋਈ ਜਦੋਂ ਬੜੈਲ ਜੇਲ੍ਹ ਦੇ ਕੋਲ ਬੜੈਲ ਇਲਾਕੇ 'ਚ ਕੁਛ ਹੋਇਆ, ਮੁੰਡੇ ਆਏ, ਹੈ ਨਾ, ਬੜੀਆਂ ਪਰਸਨਲ ਜੀਆਂ ਮਸਲੇ ਨੇ, ਮਤਲਬ ਕੀ ਹੋਇਆ ਸੀ ਉਹ ਤੁਸੀਂ ਕਹਾਣੀ ਸੁਣਾ ਰਹੇ ਸੀ। ਉਦੋਂ ਦੋ ਨੌਜਵਾਨ ਸਿੱਖ ਬੱਚੇ ਆਏ ਨੇ, ਉਹਨਾਂ ਨੇ ਉੱਥੇ ਇੱਕ ਦਰਜੀ ਨੂੰ ਆਪਣੇ ਕੱਪੜੇ ਸਿਉਣ ਲਈ ਦਿੱਤੇ ਨੇ, ਮੇਚਾ ਲੈ ਲਿਆ ਬੜੈਲ 'ਚ। ਬੜੈਲ 'ਚ ਉਹ ਜਿਹੜਾ ਸੀ ਮੁਸਲਮਾਨ ਭਾਈ ਸੀ ਜਿਹਦੀ ਦੁਕਾਨ ਸੀ ਜਿੱਥੇ ਉਹ ਗਏ ਸੀ, ਉਹ ਵੇਚਾ ਮੂਚਾ ਦੇ ਕੇ ਆਪਣਾ ਬਾਹਰ ਨਿਕਲੇ ਨੇ। ਉਸ ਤੋਂ ਉਹਨਾਂ ਨੂੰ ਉਸ ਵਿੱਚ ਤੋਂ ਪਹਿਲੇ ਜਿਹੜਾ ਸੀ ਸਰਕਾਰੀ ਤੌਰ 'ਤੇ ਕੋਈ ਮੁਖਬਰੀ ਹੋ ਗਈ ਪੁਲਿਸ ਨੂੰ, ਚੰਡੀਗੜ੍ਹ ਵਾਲੇ ਨੂੰ, ਵੀ ਇਹ ਦੋ ਅੱਤਵਾਦੀ ਆ ਰਹੇ ਨੇ ਇੱਥੇ ਅਤੇ ਇਹਨਾਂ ਨੇ ਕੋਈ ਹਮਲਾ ਕਰਨਾ ਹੈ। ਉਹਨਾਂ ਨੂੰ ਸੁਮੇਰ ਸਿੰਘ ਸੈਣੀ ਉਸ ਵੇਲੇ SSP ਸੀ, ਉਹਨਾਂ ਨੇ ਆਣ ਕੇ ਉਸ ਇਲਾਕੇ 'ਚ ਘੇਰਾ ਪਾ ਲਿਆ। ਜਦੋਂ ਉਹ ਬੱਚੇ ਬਾਹਰ ਨਿਕਲੇ ਨੇ, ਇੱਕ ਨੂੰ ਤਾਂ ਦੁਕਾਨ 'ਚੋਂ ਨਿਕਲਦਿਆਂ ਹੀ ਜਿਹੜੀਆਂ ਗੋਲੀਆਂ ਮਾਰੀਆਂ ਤੋਂ ਮਾਰ ਦਿੱਤਾ ਗਿਆ, ਦੂਜਾ ਦੌੜ ਕੇ ਕਿਤੇ ਬਚਣ ਦੀ ਕੋਸ਼ਿਸ਼ ਕੀਤੀ। ਉਹ ਬਦਕਿਸਮਤੀ ਨਾਲ ਉਸ ਗਲੀ 'ਚ ਵੜ ਗਿਆ ਜਿਹੜਾ ਅੱਗਿਓਂ ਬਲੋਕ ਸੀ, ਬੰਦ ਸੀ, ਉੱਥੇ ਜਾ ਕੇ ਇਹਨਾਂ ਨੇ ਪਿੱਛੇ ਉਹਦੇ ਜਾ ਕੇ ਅਤੇ ਉਹਨੂੰ ਗੋਲੀ ਮਾਰ ਦਿੱਤੀ ਅਤੇ ਉਹ ਮਾਰ ਦਿੱਤੇ। ਦੋਨੋਂ ਨੌਜਵਾਨ ਜਿਹੜੇ ਸੀ ਉਹ ਬੇਦੋਸ਼ੇ ਸਨ, ਉਹਨਾਂ 'ਤੇ ਕੋਈ ਕੇਸ ਨਹੀਂ ਸੀ, ਨਾ ਹੀ ਉਹ ਕੋਈ ਟੈਰੋਰਿਜ਼ਮ ਦੇ ਵਿੱਚ ਹੈਗੇ ਸੀ। ਉਹਨਾਂ ਨੂੰ ਸਿਰਫ ਇਸੇ ਕਰਕੇ ਹੀ ਮਾਰ ਦਿੱਤਾ ਗਿਆ ਵੀ ਉਹਨਾਂ ਦਾ ਲਿਬਾਸ, ਉਹਨਾਂ ਦਾ ਰਹਿਣਾ ਸਹਿਣਾ ਉਹ ਸਿੱਖਾਂ ਦਾ ਸੀ, ਸਿੱਖ ਨੌਜਵਾਨ ਮੁੰਡੇ ਸੀ। ਉਹਦਾ ਬੜਾ ਵੱਡਾ ਜਿਹੜਾ ਹੈ ਵਿਵਾਦ ਵਿਵਾਦ ਪੈਦਾ ਕਰ ਦਿੱਤਾ ਵੀ ਉਹ ਜੇ ਉਹਨਾਂ ਨੂੰ ਨਾ ਮਾਰਿਆ ਜਾਂਦਾ ਤਾਂ ਉਹਨਾਂ ਨੇ ਚੰਡੀਗੜ੍ਹ 'ਚ ਬੰਬ ਚਲਾ ਦੇਣੇ ਸੀ, ਬੜੀ ਵੱਡੀ ਕਾਰਵਾਈਆਂ ਕਰ ਦੇਣੀਆਂ ਸੀ। ਦਰਅਸਲ ਉਹ ਬਿਲਕੁਲ ਜਿਹੜੇ ਸੀ ਬੇਦੋਸ਼ੇ ਸਨ। ਉਸ ਕੇਸ ਦੀ ਪਿੱਛੋਂ ਜਾ ਕੇ ਹੁਣ ਸਾਨੂੰ ਜਦੋਂ ਪਤਾ ਲੱਗਾ, ਕੋਈ ਬੰਦੇ ਸਾਡੇ ਕੋਲ ਆਏ ਵੀ ਇਸ ਤਰ੍ਹਾਂ ਇਹ ਬੰਦੇ ਮਾਰੇ ਗਏ, ਅਸੀਂ ਜਾ ਕੇ ਉੱਥੇ ਕੋਸ਼ਿਸ਼ ਕੀਤੀ ਵੀ ਪਤਾ ਕਰਨ ਦੀ ਗੱਲ ਗਏ, ਅਸੀਂ ਉਸੇ ਦੁਕਾਨਦਾਰਾਂ ਤੋਂ ਪੁੱਛਿਆ ਕੀ ਗੱਲ ਹੋਈ ਸੀ। ਜਿਸ ਦੁਕਾਨਦਾਰ ਤੋਂ ਕੱਪੜੇ ਸਵਾਉਣ ਗਏ ਸੀ ਉਸ ਦੁਕਾਨਦਾਰ ਨੂੰ ਵੀ ਅਸੀਂ ਮਿਲੇ, ਉਸ ਦੁਕਾਨ ਨੇ ਆਪਣੇ ਜੋ ਅੱਖੀਂ ਦੇਖਿਆ ਉਹ ਸਾਨੂੰ ਦੱਸਿਆ ਵੀ ਦਰਅਸਲ ਉਹ ਬੱਚੇ ਆਏ ਨੇ, ਮੈਂ ਉਹਨਾਂ ਦਾ ਮੇਚਾ ਲਿਆ ਹੈ, ਮੇਚਾ ਲੈ ਕੇ ਅਤੇ ਉਹ ਬਾਹਰ ਨਿਕਲੇ ਨੇ ਅਤੇ ਚਲੇ ਗਏ ਨੇ। ਅਤੇ ਉਹਨਾਂ ਨੂੰ ਅਸੀਂ ਪੁੱਛਿਆ ਵੀ ਮੇਚਾ ਲੈਣ ਵੇਲੇ ਉਹਨਾਂ ਦੇ ਕੋਲ ਕੋਈ ਹਥਿਆਰ, ਕੋਈ ਚੀਜ਼ ਹੈ ਸੀ ਇਸ ਤਰ੍ਹਾਂ ਦੀ ਜਿਹੜੀ ਗੈਰ ਕਾਨੂੰਨੀ ਸੀ? ਉਹ ਕਹਿੰਦਾ ਜੀ ਬਿਲਕੁਲ ਉਹਨਾਂ ਦੇ ਕੋਲ ਕੁਛ ਵੀ ਨਹੀਂ ਸੀ, ਆਪਣੇ ਪੈਸੇ ਸੀ ਕੁਝ ਜੇਬਾਂ 'ਚ ਜਾਂ ਕੋਈ ਉਹਨਾਂ ਦੀ ਰਿਵਾਲਵਰ ਸੀ, ਹੋਰ ਕੋਈ ਉਹਨਾਂ ਕੋਲ ਸਵਾਲ ਹੀ ਨਹੀਂ ਸੀ ਪੈਦਾ ਹੋਣ ਦਾ। ਅਤੇ ਜਦੋਂ ਅਸੀਂ ਮੇਚਾ ਲਿਆ, ਮੈਂ ਉਹਨਾਂ ਦੇ ਸਾਰਾ ਸਰੀਰ ਦੇ ਨਾਲ ਜਿਹੜਾ ਹੈ ਟੇਪ ਰਿਕਾਰਡ ਉਹ ਜਿਹੜਾ ਹੁੰਦਾ ਹੈ ਉਹ ਲਾ ਕੇ ਮੇਚਾ ਲੈਣ ਦੇ ਨਾਲ ਉਹਨਾਂ ਨੂੰ ਧੋਇਆ ਹੈ, ਉਹਨਾਂ ਕੋਲ ਕੋਈ ਐਸੀ ਗੱਲ ਨਹੀਂ ਸੀ। ਸੋ ਬਿਲਕੁਲ ਨੌਜਵਾਨ ਬੱਚੇ ਜਿਹੜੇ ਮਾਰ ਕੇ ਇਸ ਤਰ੍ਹਾਂ ਜਿਹੜਾ ਹੈ ਇੱਕ ਖੂਨ ਕਰ ਦਿੱਤਾ, ਇੱਕ ਮਰਡਰ ਕਰ ਦਿੱਤਾ। ਇਸ ਤਰ੍ਹਾਂ ਦੀਆਂ ਜਿਹੜੀਆਂ ਘਟਨਾਵਾਂ ਨੇ ਇਹ ਬੇਦੋਸ਼ੇ ਬੰਦੇ ਮਾਰਨੇ, ਇਹ ਕਿਹੜੇ ਕਾਨੂੰਨ ਦੀ ਹਾਰਡ ਹੈ, ਕਿਹੜੀ ਕਾਨੂੰਨ ਦੀ ਗੱਲ ਕਰਦੀ ਹੈ? ਸੁਮੇਰ ਸਿੰਘ ਸੈਣੀ ਆਪਣੇ ਆਪ ਨੂੰ ਜਿਹੜਾ ਹੈ ਬੜਾ ਚੰਗਾ ਅਫਸਰ ਜਾਂ ਬੜਾ ਸੋਹਣਾ ਫੰਕਸ਼ਨ ਕਹਿੰਦਾ ਹੈ। ਜੇ ਉਹ ਇੰਨਾ ਚੰਗਾ ਸੀ ਤਾਂ ਉਹਨੇ ਆਪਣੇ ਪਰਿਵਾਰ ਦੇ ਵੀ ਬੰਦੇ ਮਾਰ ਦਿੱਤੇ ਲੁਧਿਆਣੇ, ਆਪਣਾ ਜੀਜਾ ਮਾਰ ਦਿੱਤਾ, ਇੱਕ ਉਹਦਾ ਡਰਾਈਵਰ ਮਾਰ ਦਿੱਤਾ, ਇੱਕ ਉਹ ਮੁਲਾਜ਼ਮ ਮਾਰ ਦਿੱਤਾ ਜਿਹਦਾ ਕਿ ਅੱਜ ਤੱਕ ਦਿੱਲੀ ਕੇਸ ਚੱਲ ਰਿਹਾ ਹੈ। ਉਹ ਜਿਹੜਾ ਹੈ ਇਹਦਾ ਰਿਸ਼ਤੇਦਾਰ ਹੈ ਦਿੱਲੀ, ਜਿਹੜਾ ਕੇਸ ਦੀ ਪੈਰਵੀ ਕਰਦਾ ਹੈ, ਉਹ ਕਦੀ ਮਿਲਦਾ ਰਹਿੰਦਾ ਚੰਡੀਗੜ੍ਹ ਸੜਕੋ, ਕਦੀ ਸਲਾਹ ਵੀ ਲੈਂਦਾ ਰਹਿੰਦਾ। ਉਹ ਔਰਤ ਜਿਹਦਾ ਬੱਚਾ ਮਾਰਿਆ ਗਿਆ ਸੁਮੇਰ ਸਿੰਘ ਸੈਣੀ ਨੇ ਮਾਰ ਦਿੱਤਾ, ਉਹ 90 ਸਾਲ ਤੋਂ ਉੱਪਰ ਹੋ ਕੇ ਮਰੀ ਹੈ, ਔਰ ਉਹਨੇ ਸੁਪਰੀਮ ਕੋਰਟ ਦੇ ਵਿੱਚ ਕਈ ਦਫ਼ਾ ਅੱਗੇ ਜਾ ਕੇ ਧਰਨਾ ਮਾਰਿਆ ਵੀ ਮੇਰੇ ਕੇਸ ਦੇ ਇੰਨੇ ਸਾਲ ਹੋ ਗਏ ਨੇ, ਫੈਸਲਾ ਨਹੀਂ ਹੋ ਰਿਹਾ, ਅਤੇ ਉਦੋਂ ਕੀ ਫਾਇਦਾ ਇਸ ਫੈਸਲੇ ਦਾ ਜਦੋਂ ਮੈਂ ਮਰ ਗਈ? ਅਤੇ ਉਹਦਾ ਨਤੀਜਾ ਨਿਕਲਿਆ ਵੀ ਉਹ ਕੇਸ ਅਜੇ ਪਿਆ ਹੈ। ਅਤੇ ਇਸੇ ਤਰ੍ਹਾਂ ਸੁਮੇਰ ਸਿੰਘ ਸੈਣੀ ਦਾ ਜਿਹੜਾ ਸੀ, ਇਹਨੇ ਜਦੋਂ ਇਹਦੇ 'ਤੇ ਹਮਲਾ ਹੋਇਆ ਹੈ, ਇਹਦੇ ਵਿੱਚ ਜਿਹੜੇ ਬੰਦੇ ਫਸਾਏ ਗਏ, ਦਵਿੰਦਰਪਾਲ ਸਿੰਘ ਭੁੱਲਰ ਦਾ ਕੋਈ ਰੋਲ ਨਹੀਂ ਸੀ, ਇਹਦਾ ਬਲਵੰਤ ਸਿੰਘ ਮਲਾਨੀ ਦੇ ਮੁਲਤਾਨੀ ਦੇ ਵਿੱਚ ਦਾ ਕੋਈ ਰੋਲ ਨਹੀਂ ਸੀ, ਉਹਦਾ ਜਿਹੜਾ ਹੈ ਦਵਿੰਦਰਪਾਲ ਸਿੰਘ ਭੁੱਲਰ ਨੂੰ ਗਲਤ ਫਸਾਇਆ ਗਿਆ। ਮੁਲਤਾਨੀ ਪਰਿਵਾਰ ਦੇ ਬੱਚੇ ਜਿਹੜੇ ਸੀ, ਇੱਕ ਤੋਂ ਮਾਰ ਦਿੱਤਾ ਗਿਆ, ਉਹਦਾ ਜਿਹੜਾ ਇੰਜੀਨੀਅਰ ਸੀ, ਹਾਲਾਂਕਿ ਉਹ IAS ਆਫੀਸਰ ਸੀ, ਉਹਨੇ ਬੜਾ ਰੌਲਾ ਪਾਇਆ ਵੀ ਮੇਰੇ ਬੱਚੇ ਦਾ ਕੋਈ ਇਹਦੇ 'ਚ ਕਸੂਰ ਹੀ ਨਹੀਂ ਸੀ, ਲੇਕਿਨ ਉਹ ਉਸ ਜਿਹੜਾ ਬੱਚਾ ਪੜਿਆ ਹੈ, ਬੱਚੇ ਪਹਿਲੇ ਉਹਦੇ 'ਤੇ ਤਸ਼ੱਦਦ ਕਰਦੇ ਰਹੇ ਨੇ, ਫਿਰ ਉਹਨੂੰ ਮਾਰ ਦਿੱਤਾ ਗਿਆ ਅਤੇ ਜਾ ਕੇ ਬਟਾਲਾ ਲੈ ਜਾ ਕੇ ਉੱਥੇ ਪੁਲਿਸ ਸਟੇਸ਼ਨ ਦੇ ਨਾਲ ਜਿਹੜਾ ਕਾਰਵਾਈ ਕਰਕੇ ਅਤੇ ਉਹਨੂੰ ਦਰਿਆ 'ਚ ਸੁੱਟ ਦਿੱਤਾ ਗਿਆ ਹੈ। ਇਸ ਤਰ੍ਹਾਂ ਦੀਆਂ ਤਾਂ ਇਹਦੀਆਂ ਬਾਤੀਆਂ ਸੀ। ਸੋ ਬੇਨਤੀ ਹੈ ਵੀ ਜਦੋਂ ਇਸ ਤਰ੍ਹਾਂ ਦੀ ਗੱਲ ਹੁੰਦੀ ਹੈ ਵੀ ਉਹਨੂੰ ਜਿਹੜਾ ਹੁਣ
ਜੇ ਬਲਵੰਤ ਸਿੰਘ ਮੁਲਤਾਨੀ ਦੇ ਬੇਟੇ ਦਾ ਕਸੂਰ ਸੀ, ਦਵਿੰਦਰਪਾਲ ਸਿੰਘ ਭੁੱਲਰ ਦਾ ਕਸੂਰ ਸੀ, ਦਵਿੰਦਰਪਾਲ ਸਿੰਘ ਭੁੱਲਰ ਦੇ ਸਾਰੇ ਉਹਦਾ ਚਾਚਾ ਵੀ ਮਾਰ ਦਿੱਤਾ ਗਿਆ, ਉਹਦਾ ਪਿਤਾ ਵੀ ਮਾਰ ਦਿੱਤਾ ਗਿਆ, ਹਾਂਜੀ ਉਹਦਾ ਘਰ ਬਰਬਾਦ ਕਰ ਦਿੱਤਾ ਗਿਆ। ਉਹਨਾਂ ਦੇ ਜਾ ਕੇ ਘਰ ਅਜੇ ਜਾ ਕੇ ਦੇਖੀਏ ਤਾਂ ਉਹ ਬਿਲਕੁਲ ਬਰਬਾਦ ਹੋਇਆ। ਅਤੇ ਇਸ ਮਾਮਲੇ 'ਚ ਏਡੀ ਵੱਡੀ ਤਸ਼ੱਦਦ ਹੋਈ, ਇੱਥੋਂ ਦੇ ਮੋਹਾਲੀ ਉਹਨਾਂ ਦੇ ਕੁਝ ਰਿਸ਼ਤੇਦਾਰ ਸਨ, ਉਹਨਾਂ ਨੂੰ ਵੀ ਫੜ ਕੇ ਜਿਹੜਾ ਲਾਪਤਾ ਕਰ ਦਿੱਤਾ, ਇੱਕ ਮਾਰ ਦਿੱਤਾ ਗਿਆ। ਉਹਨਾਂ ਦਾ ਪਰਿਵਾਰ ਜਿਹੜਾ, ਉਹਨਾਂ ਦੀਆਂ ਦੋ ਬੇਟੀਆਂ ਇੱਥੇ ਰਹਿੰਦੀਆਂ ਨੇ, ਇੱਕ ਜਬਾਹ ਚਲੀ ਗਈ, ਇੱਕ ਇੱਥੇ ਹੈ, ਉਹ ਕਈ ਦਫ਼ਾ ਮਿਲਦੇ ਨੇ। ਉਹਨਾਂ ਦਾ ਜੋ ਉਹਨਾਂ ਨੇ ਬਰਬਾਦੀ ਕੀਤੀ, ਸਾਰੇ ਦਾ ਸਾਰਾ ਘਰ ਬਰਬਾਦ ਕਰ ਦਿੱਤਾ। ਸੋ ਇਸ ਤਰ੍ਹਾਂ ਦਾ ਕਿਹੜਾ ਕਾਨੂੰਨ ਹੈ ਵੀ ਜਦੋਂ ਤੁਸੀਂ ਕਿਸੇ 'ਤੇ ਕਾਨੂੰਨੀ ਤੌਰ 'ਤੇ ਕਾਰਵਾਈ ਕਰਦੇ ਹੋ, ਕਾਰਵਾਈ ਤਾਂ ਕਰ ਦਿੱਤੀ ਗਈ ਵੀ ਦਵਿੰਦਰਪਾਲ ਸਿੰਘ ਭੁੱਲਰ ਨੂੰ ਤੁਸੀਂ ਇਸ ਕੇਸ 'ਚ ਫਸਾ ਲਿਆ, ਉਹਦੇ ਪਿਓ ਨੂੰ ਕਿਉਂ ਮਾਰਿਆ ਗਿਆ, ਉਹਦੇ ਰਿਸ਼ਤੇਦਾਰਾਂ ਨੂੰ ਕਿਉਂ ਬਰਬਾਦ ਕੀਤਾ ਗਿਆ, ਉਹਨਾਂ ਦੇ ਜਿਹੜੇ ਹੈ ਬਾਕੀ ਘਰ ਬਾਰ ਕਿਉਂ ਬਰਬਾਦ ਕੀਤਾ ਗਿਆ। ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਨੇ, ਇਹ ਗੈਰ ਕਾਨੂੰਨੀ ਜਿਹੜਾ ਹੈ ਉਹਦਾ ਨੁਕਸਾਨ ਤਾਂ ਹੋਣਾ ਹੀ ਹੋਣਾ ਹੈ। ਇਸ ਮਾਮਲੇ 'ਚ ਸੁਮੇਧ ਸਿੰਘ ਸੈਣੀ ਹੁਣ ਜਿਹੜੇ ਕੇਸ 'ਚ ਫਸਦਾ ਹੈ, ਉਹਨੂੰ ਕਿੰਨਾ ਕੁ ਚਿਰ ਹਾਈ ਕੋਰਟ ਪਹੁੰਚਾ ਲਏਗੀ? ਗਲਤ ਫੈਸਲੇ ਉਹਨੂੰ ਜੇ ਕਰਕੇ ਤਾਂ ਉਹਨੂੰ ਜ਼ਮਾਨਤ ਪਰਮਾਨੈਂਟਲੀ ਦੇ ਦਿੱਤੀ ਜਾਂਦੀ। ਜਦੋਂ ਇਹ ਸਾਰਾ ਕੁਛ ਹੋ ਰਿਹਾ ਸੀਗਾ, ਉਦੋਂ ਤੁਸੀਂ ਗਏ ਉਹਨਾਂ ਦੇ ਪਿੰਡ, ਕੋਈ ਬੋਲਣ ਨੂੰ ਤਿਆਰ ਨਹੀਂ ਸੀਗਾ, ਪਰਿਵਾਰ 'ਚੋਂ ਕੋਈ ਤਿਆਰ ਨਹੀਂ ਸੀ ਕੇਸ ਲੜਨ? ਨਹੀਂ ਜੀ, ਜਦੋਂ ਖਾਸਾ ਬਾਅਦ ਗਏ ਹਾਂ ਜਦੋਂ, ਕਿਉਂਕਿ ਉਸ ਵੇਲੇ ਤਾਂ ਬਿਲਕੁਲ ਹੀ ਨਹੀਂ ਸੀ ਕੋਈ ਬੋਲਦਾ। ਕੁਛ ਅੱਜ ਤੋਂ ਕੁਛ ਸਾਲ ਪਹਿਲੇ ਅਸੀਂ ਗਏ ਸੀ ਉਹਨਾਂ ਦੇ ਘਰ, ਗਿਆ ਮੈਂ, ਮੇਰੇ ਨਾਲ ਦੋ ਬੰਦੇ ਸਨ, ਅਸੀਂ ਉਹਨਾਂ ਦੇ ਘਰ ਜਾ ਕੇ ਗੱਲ ਕੀਤੀ ਹੈ ਵੀ ਆਪਾਂ ਇਸ ਕੇਸ ਨੂੰ ਹੁਣ ਚੁੱਕ ਕੇ ਵੇਖੀਏ, ਕਿਉਂਕਿ ਬੰਦੇ ਸਾਡੇ ਗਲਤ ਮਾਰੇ ਗਏ ਆ ਅਤੇ ਤੁਹਾਡੇ ਘਰ ਆਣ ਕੇ ਇਸ ਜਿਹੜਾ ਅੱਗ ਲਾ ਕੇ ਬੱਚਿਆਂ ਨੂੰ ਫੂਕ ਦਿੱਤਾ ਗਿਆ, ਬੰਦਿਆਂ ਨੂੰ ਫੂਕ ਦਿੱਤਾ ਗਿਆ, ਇਹ ਬੰਦੇ ਹੁਣ ਜਿਹੜੇ ਨੇ, ਅਜੀਤ ਸਿੰਘ ਭੂਲਾ ਜਿਹੜਾ ਹੈ ਉਹਦਾ ਨਾਂ ਚੱਲਦਾ ਹੈ, ਉਹ ਆਉਂਦਾ ਹੈ ਮੁਲਜ਼ਮ ਬਣਦਾ, ਤਾਂ ਆਪਾਂ ਕੋਈ ਕਾਰਵਾਈ ਕਰੀਏ ਇਹਦੇ 'ਚ। ਲੇਕਿਨ ਉਹ ਇਸ ਗੱਲ 'ਤੇ ਸਹਿਮਤੀ ਨਹੀਂ ਸੀ ਹੋਈ, ਕਿਉਂਕਿ ਕਹਿੰਦੇ ਜੀ ਸਾਡਾ ਅੱਗੇ ਬਹੁਤ ਵੱਡਾ ਨੁਕਸਾਨ ਹੋ ਗਿਆ ਅਤੇ ਇਸ ਕਰਕੇ ਪੈਰਵਾਈ 'ਚ ਜਿਹੜਾ ਹੈ ਅਸੀਂ, ਸਾਡੇ ਕੋਲ ਸਮਰੱਥਾ ਨਹੀਂ। ਅਸੀਂ ਉਹਨਾਂ ਨੂੰ ਇਹ ਕੋਸ਼ਿਸ਼ ਵੀ ਕੀਤੀ ਮਨਾਉਣ ਦੀ ਕਿ ਤੁਹਾਡਾ ਕੋਈ ਪੈਸਾ ਨਹੀਂ ਖਰਚ ਕਰ ਦਿਆਂਗੇ, ਤੁਹਾਨੂੰ ਕਿਸੇ ਤਰ੍ਹਾਂ ਦੀ ਉਲਝਣ 'ਚ ਨਹੀਂ ਪਾਉਣ ਦਿਆਂਗੇ, ਗਵਾਹਾਂ ਦਾ ਜੋ ਪ੍ਰਬੰਧ ਕਰਨਾ, ਬਾਕੀ ਸਾਰਾ ਜਿਹੜਾ ਕੇਸ ਦੀ ਲੜਾਈ ਹੈ ਅਸੀਂ ਲੜਾਂਗੇ। ਲੇਕਿਨ ਉਹ ਫਿਰ ਵੀ ਇਸ ਗੱਲ ਦੇ ਜਿਹੜੇ ਸੀ ਉਹ ਸਹਿਮਤ ਨਹੀਂ ਸੀ ਹੋਏ, ਇਸ ਕਰਕੇ ਕੇਸ ਨਹੀਂ ਸੀ ਚੱਲ ਸਕਿਆ। ਫਿਰ ਕਦੇ ਬਾਅਦ 'ਚੋਂ ਪੈਰਵੀ ਹੋਈ ਜਾਂ ਕਦੇ ਹੁਣ ਵੀ ਤੁਸੀਂ ਇਹ, ਕਿਉਂਕਿ ਇੰਨੀ ਚਰਚਾ ਹੋ ਰਹੀ ਹੈ ਕਦੇ ਇਸ, ਕਿਉਂਕਿ ਹਾਲਾਂਕਿ ਪੂਲਾ ਵੀ ਜਾ ਚੁੱਕਿਆ ਇਸ ਧਰਤੀ ਤੋਂ, ਇਹਦੇ 'ਚ ਹੋਰ ਵੀ ਕਿੰਨੇ ਲੋਕ ਨਹੀਂ ਰਹੇ? ਜਾਪਦਾ ਨਹੀਂ ਜੀ, ਕਿਉਂਕਿ ਕਾਰਨੇ ਆ ਲੋਕਾਂ ਦਾ ਜਿਹੜਾ ਹੈ ਕਿ ਕਾਨੂੰਨ ਤੋਂ ਲਗਭਗ ਜਿਹੜਾ ਹੈ ਇਤਕਾਰ ਹੀ ਉੜਕ ਲਿਆ। ਜਿਸ ਤਰ੍ਹਾਂ ਮੈਂ ਤੁਹਾਨੂੰ ਇੱਕ ਹੋਰ ਇਗਜ਼ਾਮਪਲ ਦੇਣਾ ਹੈ, ਇੱਥੇ ਮੋਹਾਲੀ ਦਾ ਇੱਕ ਮੁੰਡਾ ਸੀ, ਬਹੁਤ ਨੌਜਵਾਨ ਮੁੰਡਾ ਸੀ, 6 ਫੁੱਟ ਦਾ, ਬੜਾ ਤਕੜਾ ਆਦਮੀ, ਉਹਨੂੰ ਇਹਨਾਂ ਨੇ ਫੜ ਕੇ ਟੋਰਚਰ ਕੀਤਾ ਉੱਥੇ 11 ਸੈਕਟਰ ਸੁਮੇਧ ਸਿੰਘ ਸੈਣੀ SSP ਸੀ ਉਦੋਂ, ਉਹਨੂੰ ਗਾਲ ਕਰ ਦਿੱਤੀ ਇਹਨੇ ਸੈਣੀ ਨੇ, ਉਹਨੇ ਇਹਦੇ ਥੱਪੜ ਮਾਰਿਆ, ਬਹੁਤ ਨੌਜਵਾਨ ਸੀ, ਹਰ ਚੁੱਕ ਡਿੱਗ ਪਿਆ। ਫਿਰ ਇਹਨਾਂ ਨੇ ਉਹਦੀਆਂ ਬਾਹਾਂ ਵੱਢੀਆਂ, ਲੱਤਾਂ ਤੋੜੀਆਂ, ਮਾਰ ਦਿੱਤਾ ਟੋਰਚਰ ਕਰਕੇ, ਅਤੇ ਉਹਦੀ ਲਾਸ਼ ਜਿਹੜੀ ਸੀ ਉਸ ਤੋਂ ਪੰਜਾਬ ਦੀ ਹੱਦ ਦੇ ਵਿੱਚ, UT ਚੰਡੀਗੜ੍ਹ ਦੀ ਹੱਦ ਤੋਂ ਬਾਹਰ। ਉਦੋਂ ਮੁਸਤਫਾ ਹੈਗਾ ਸੀ SSP ਰੋਪੜ, ਉਹਨੂੰ ਪਤਾ ਲੱਗਾ ਵੀ ਇਹ ਲਾਸ਼ ਸਾਡੇ ਸੁੱਟੀ ਹੈ, ਉਹਨਾਂ ਨੂੰ ਪਤਾ ਲੱਗਿਆ ਵੀ ਸੈਣੀ ਨੇ ਸੁੱਟੀ, ਉਹਨਾਂ ਨੇ ਚੁੱਕ ਕੇ ਫਿਰ UT 'ਚ ਸੁੱਟ ਦਿੱਤੀ। ਉਹਨਾਂ ਨੇ ਫਿਰ ਕੋਸ਼ਿਸ਼ ਕੀਤੀ ਸੁੱਟਣ ਦੀ ਉੱਥੇ ਦੁਬਾਰਾ, ਉਹਨਾਂ ਨੇ ਚੁੱਕ ਕੇ 36 34 ਸੈਕਟਰ ਦੇ ਥਾਣੇ ਉਹਦੀ ਲਾਸ਼ ਸੁੱਟ ਗਈ। ਉਸ ਤੋਂ ਬਾਅਦ ਇਹਨਾਂ ਨੇ ਖੁਰਦ ਬੁਰ ਕਰ ਦਿੱਤੀ। ਉਹਨਾਂ ਦਾ ਜਿਹੜਾ ਸੀ ਮਾਤਾ ਪਿਤਾ, ਉਹ ਅਜੇ ਜੀਵਤ ਨੇ, ਮੋਹਾਲੀ ਰਹੇ ਨੇ। ਉਹਨਾਂ ਨੇ ਮੈਨੂੰ ਕੋਸ਼ਿਸ਼ ਕੀਤੀ, ਕਹਿੰਦੀ ਵੀ ਇਹਦਾ ਕੇਸ ਕਰੋ, ਅਸੀਂ ਕੋਸ਼ਿਸ਼ ਕਰਤੀ ਵੀ ਉਹ ਕੇਸ ਜਿਹੜਾ ਚਲਾਈਏ, ਉਹਦੇ 'ਚ ਅਸੀਂ ਗਵਾਹ ਵੀ ਲੱਭ ਲਏ। ਲੇਕਿਨ ਜਿਹੜੇ ਉਸ ਵੇਲੇ ਦੇ ਇੱਕ ਦੋ ਗਵਾਹ ਸੀ ਨਾ, ਉਹ ਇਸ ਗੱਲ ਨੂੰ ਤਿਆਰ ਨਹੀਂ ਸੀ ਵੀ ਅਸੀਂ ਤੁਹਾਡੀ ਮਦਦ ਕਰਾਂਗੇ, ਗਵਾਹੀ ਦੇਵਾਂਗੇ। ਜਦੋਂ ਉਹ ਗਵਾਹੀ ਨਹੀਂ ਸੀ ਦਿੰਦੇ, ਸਾਰਾ ਕੇਸ ਨਹੀਂ ਸੀ ਬਣਦਾ। ਇਸ ਕਰਕੇ ਜਿੰਨਾ ਚਿਰ ਗਵਾਹੀ ਨਾ ਮਿਲੇ, ਉਹਨਾਂ ਚਿਰ ਕੇਸ ਜਿਹੜਾ ਪੂਰਤੀ 'ਚ ਨਹੀਂ ਆਏਗਾ, ਕਿਸ ਤਰ੍ਹਾਂ ਅਸੀਂ ਉਹਨੂੰ ਸਿਰੇ ਨਹੀਂ ਲਾ ਸਕਾਂਗੇ। ਇਸ ਤਰ੍ਹਾਂ ਦੇ ਕੇਸ ਉਹਨੂੰ ਮੁਸਤਫਾ ਨੇ ਕੋਈ ਲੈਟਰ ਵੀ ਲਿਖਿਆ ਸੀ? ਕਹਿੰਦੇ ਨੇ, ਮੈਨੂੰ ਵੀ ਪਤਾ ਲੱਗਿਆ ਸੀ ਵੀ ਮੁਸਤਫਾ ਨੇ ਲੈਟਰ ਲਿਖਿਆ ਸੀ ਆਪਣੇ ਪੰਜਾਬ ਸਟੇਟ ਦੇ DGP ਨੂੰ ਕਿ ਇਸ ਤਰ੍ਹਾਂ ਗੈਰ ਕਾਨੂੰਨੀ ਹੋਈ ਹੈ, ਅਤੇ ਇਸ ਕਰਕੇ ਬੰਦਾ ਜਿਹੜਾ ਇਹਨਾਂ ਨੇ ਮਾਰ ਕੇ ਸਾਡੀ ਹੱਦ ਸੁੱਟ ਦਿੱਤਾ। ਲੇਕਿਨ ਉਸ ਲੈਟਰ ਨੂੰ ਸਾਨੂੰ ਟਰੇਸ ਆਊਟ ਨਹੀਂ ਹੁੰਦਾ, ਲੱਭਦਾ ਨਹੀਂ, ਅਸੀਂ ਕੋਸ਼ਿਸ਼ ਕੀਤੀ ਵੀ ਉਹ ਲੈਟਰ ਕੱਢੀਏ। ਅਸੀਂ ਉਸ ਵੇਲੇ ਦੇ ਜਿਹੜੇ ਆਲਾ ਆਫੀਸਰ ਸੀ ਪੰਜਾਬ ਪੁਲਿਸ ਦੇ ਵਿੱਚ, ਉਹਨਾਂ ਨੂੰ ਵੀ ਕੋਸ਼ਿਸ਼ ਕੀਤੀ, ਮਿਲ ਕੇ ਰਿਕੁਐਸਟ ਕਰਦੀ ਵੀ ਇਹ ਬਹੁਤ ਵੱਡਾ ਇੱਕ ਗਲਤ ਕੰਮ ਹੋਇਆ ਹੈ, ਇੱਕ ਬੱਚਾ ਮਾਰ ਦੇਣਾ ਜਿਹੜਾ ਹੈ ਗੈਰ ਕਾਨੂੰਨੀ ਤੌਰ 'ਤੇ, ਉਹਦਾ ਜਦੋਂ ਕੋਈ ਕਸੂਰ ਹੀ ਨਹੀਂ ਸੀ, ਅਤੇ ਇਸ ਕਰਕੇ ਵੀ ਜਿਹੜੀ ਹੈ ਸਾਡੀ ਮਦਦ ਕੀਤੀ ਜਾਵੇ। ਕੁਛ ਲੋਕਾਂ ਨੇ, ਕਿਉਂਕਿ ਪੁਲਿਸ ਦੇ ਵਿੱਚ ਵੀ ਆਪਸ ਵਿੱਚ ਕੋਈ ਇਹਨਾਂ ਦੀ ਵੈਰ ਵਿਰੋਧ ਹੁੰਦੇ ਨੇ,
ਕੁਛ ਲੋਕਾਂ ਨੇ ਵਾਇਦਾ ਵੀ ਕੀਤਾ ਵੀ ਅਸੀਂ ਤੁਹਾਡੀ ਮਦਦ ਕਰਾਂਗੇ, ਲੈਟਰ ਲੱਭਦੇ ਨੇ, ਲੇਕਿਨ ਉਸ ਤੋਂ ਬਾਅਦ ਨਾ ਤਾਂ ਮੁਸਤਫੇ ਦੀ ਗੱਲ ਕੋਈ ਸਾਡੇ ਕੋਲ ਚਲਾ ਸਕੀ, ਨਾ ਉਹ ਲੈਟਰ ਲੱਭ ਸਕੀ, ਇਸ ਕਰਕੇ ਉਹ ਵੀ ਕੇਸ ਜਿਹੜਾ ਅਸੀਂ ਨਹੀਂ ਚਲਾ ਸਕੇ। ਬਹੁਤ ਬਹੁਤ ਮਿਹਰਬਾਨੀ। ਸਨ ਅਮਰ ਸਿੰਘ ਚਾਹਲ ਵਕੀਲ ਰਹੇ ਨੇ, ਮਨੁੱਖੀ ਅਧਿਕਾਰਾਂ ਦੇ ਬਹੁਤ ਸਾਰੇ ਕੇਸ ਲੜਦੇ ਰਹੇ ਨੇ। ਇਹਨਾਂ ਦਾ ਇਹ ਕਹਿਣਾ ਕਿ ਪਰਿਵਾਰ ਇੰਨਾ ਡਰਿਆ ਹੋਇਆ ਸੀ, ਇੰਨਾ ਜ਼ਿਆਦਾ ਦਹਿਸ਼ਤ ਜ਼ਿਆਦਾ ਸੀ ਪਰਿਵਾਰ 'ਚੋਂ, ਹਾਲਾਂਕਿ ਬੱਚਿਆਂ ਨਹੀਂ ਸੀ, ਉਹਨਾਂ ਦੇ ਭੈਣ ਬੱਚੇ ਸੀ ਜਾਂ ਕੁਛ ਆਲੇ ਦੁਆਲੇ ਦੇ ਲੋਕ ਬੱਚੇ ਸੀਗੇ, ਪੂਰਾ ਪਰਿਵਾਰ ਹੀ ਖਤਮ ਹੋ ਗਿਆ ਸੀਗਾ। ਪਰ ਉਦੋਂ ਉਸ ਤੋਂ ਕਈ ਸਾਲ ਬਾਅਦ ਵੀ ਉਹਨਾਂ ਦੇ ਪਰਿਵਾਰ ਨੇ ਕੇਸ ਨਹੀਂ ਲੜਿਆ, ਪੂਰੀ ਤਰ੍ਹਾਂ ਡਰੇ ਹੋਏ ਸੀ।